ਕਿੱਥੇ ਰਹਿਣ ਵਾਲੇ ਤੁਸੀਂ ਕਤਲਿਆਂ ਦੇ ਲਾਗੇ ਕੀ ਗਵਾਹੀ ਹੈ ਤੁਹਾਡੀ ਮੇਰੀ ਇਨਫੈਕਸ਼ਨ ਨਹੀਂ ਹਟਦੀ ਟਾਈਫਾਇਡ ਬੁਖਾਰ ਕਿੰਨੇ ਸਾਲ ਤੋਂ ਸੀ 2 ਸਾਲ ਤੋਂ ਹੀ ਉਤਰੀ 2 ਸਾਲ ਤੋਂ ਇਨਫੈਕਸ਼ਨ ਰਹਿੰਦੀ ਸੀ ਔਰ ਟਾਈਫਾਇਡ ਬੁਖਾਰ ਰਹਿੰਦਾ ਸੀਗਾ ਇਨਫੈਕਸ਼ਨ ਕਿੱਥੇ ਰਹਿੰਦੀ ਸੀ ਪੇਟ ਚ ਪੇਟ ਚ ਇਨਫੈਕਸ਼ਨ ਰਹਿੰਦੀ ਟੈਨਸ਼ਨ ਲੱਗੀ ਰਹਿਣੀ ਨੀਂਦ ਨਹੀਂ ਆਉਣੀ ਰਾਤ ਫਿਰ ਮੈਨੂੰ ਮੰਮੀ ਨੇ ਦੱਸਿਆ ਕਿ ਉੱਥੇ ਪ੍ਰਾਰਥਨਾ ਹੁੰਦੀ ਪਾਸਟਰ ਤੁਰਸੀ ਦੀ ਫਿਰ ਮੈਂ 2 ਹਫ਼ਤੇ ਹੀ 2 ਹਫ਼ਤਿਆਂ ਦੇ ਵਿੱਚ ਠੀਕ ਹੋ ਗਈ 2 ਹਫ਼ਤਿਆਂ ਦੇ ਠੀਕ ਹੋ ਗਏ 2 ਸਾਲ ਤੋਂ ਇਨਫੈਕਸ਼ਨ ਸੀ ਪੇਟ ਚ ਜੋ ਤੁਹਾਡੇ ਪੇਟ ਚ ਇਨਫੈਕਸ਼ਨ ਸੀ ਕੀ ਸਮੱਸਿਆ ਸੀ ਕੀ ਇਨਫੈਕਸ਼ਨ ਦਾ ਲੈਂਡਿੰਗ ਆ ਜਾਂਦੀ ਮਤਲਬ ਕਿ लूज मोशन लग जाते सी मोशंस लगातार बस ये जो खाना खांदे सी उसे टाइम इन्होंने लूज मोशन आ गए उसे टाइम फ्रेश होते सी अच्छा उसे टाइम मोशंस आ जाते मोशन आ जाते सी जितना भी कुछ भी खांदे सी 2 साल तो इतना हो रहे सी पचना नहीं सीगा खाना जिद्दी खाना खाया नाले टॉयलेट आ जाते सी उसे टाइम और बुखार रहता सीगा और ਉਹਦੇ ਕਰਕੇ ਹੋਰ ਕੀ ਦਿੱਕਤਾਂ ਸੀ ਗਿਆ ਕੀ ਮੁਸ਼ਕਲ ਆਉਂਦੀ ਕੰਨੇ ਪਾਸੀ ਇਹਨਾਂ ਨੂੰ ਇਨਫੈਕਸ਼ਨ ਕੇ ਸੀ ਪੂਰੀ ਬੋਡੀ ਦੇ ਅੰਦਰ ਇਨਫੈਕਸ਼ਨ ਹੈ ਦਵਾਈ ਖਾਈ ਜੋ ਤੇ ਠੀਕ ਰਹੋਗੇ ਅਜੇ ਡਾਕਟਰ ਨੇ ਜਦ ਤੱਕ ਤੁਸੀਂ ਦਵਾਈ ਖਾਓਗੇ ਤਦ ਤੱਕ ਹੀ ਠੀਕ ਹੀ ਰਹੋਗੇ ਹਾਂਜੀ ਜਦੋਂ ਤੁਸੀਂ ਦਵਾਈ ਛੱਡ ਦੋਗੇ ਫਿਰ ਤੁਸੀਂ ਠੀਕ ਹੀ ਰਹੋਗੇ ਫਿਰ ਉਹ ਹੀ ਫਿਰ ਉਹ ਹੀ ਹਾਲ ਰਹੇਗਾ ਚੱਕ 2 ਸਾਲਾਂ ਤੋਂ ਦਵਾਈ ਖਾ ਰਹੇ ਔਰ ਤੁਹਾਡੀ ਮਾਤਾ ਨੇ ਤੁਹਾਨੂੰ ਦੱਸਿਆ ਹਾਂਜੀ ਤੁਸੀਂ ਚਰਚ ਆਏ ਔਰ ਤੁਹਾਡੇ ਲਈ ਲੇ ਹੈਂਡ ਪ੍ਰੇ ਹੋਈ ਮਹਾਅਭਿਸ਼ੇਕ ਤੁਹਾਡੇ ਤੇ ਇੰਪਾਰਟ ਕੀਤਾ ਗਿਆ ਰਿਲੀਜ਼ ਕੀਤਾ ਗਿਆ ਹਾਂਜੀ ਹੁਣ ਕਿੰਨੇ ਹਫ਼ਤੇ ਤੋਂ ਠੀਕ ਹੋ 2 ਹਫ਼ਤੇ ਹੁਣ 2 ਮਹੀਨੇ ਹੋ ਗਏ ਬਿਲਕੁਲ ਠੀਕ ਕੋਈ ਦਵਾਈ ਨਹੀਂ ਖਾਂਦੀ ਮੈਂ 2 ਮਹੀਨਿਆਂ ਤੋਂ ਠੀਕ ਹੋ ਹਾਂਜੀ 2 ਮਹੀਨਿਆਂ ਤੋਂ ਹਾਂਜੀ ਕੋਈ ਦਵਾਈ ਨਹੀਂ ਖਾਂਦੀ ਨਹੀਂ ਕੋਈ ਨਹੀਂ ਹੁਣ ਰੋਟੀ ਖਾ ਰਹੇ ਹਾਂ ਹਾਂਜੀ ਅਸੀਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਸੀ 2 ਸਾਲ ਤੋਂ 2 ਸਾਲ ਤੋਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਸੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਇਹ ਡਿਪਰੈਸ਼ਨ 'ਚ ਚੱਲ ਗਏ ਸੀ ਇਸ ਪ੍ਰੋਬਲਮ ਦੇ ਕਰਕੇ ਅੱਛਾ ਡਿਪਰੈਸ਼ਨ 'ਚ ਚੱਲ ਗਏ ਸੀ ਹਰ ਟਾਈਮ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਹਰ ਟਾਈਮ ਗਲਤ ਖਿਆਲ ਆਉਂਦੇ ਸੀ ਇਹਨਾਂ ਦੇ ਮਾਈਂਡ 'ਚ और ਤੁਸੀਂ ਚਰਚ ਵਿੱਚ ਆਏ और प्रभु ने महाभिषेक ਨੂੰ ਫ੍ਰੀ ਕੀਤਾ और 2 ਮਿੰਟ ਤੋਂ ਠੀਕ ਹੋ ਹੁਣ ਤੇ ਨੀਂਦ ਦੀ ਗੋਲੀ ਖਾਂਦੇ ਹੁਣ ਸੌਂਦੇ ਹੋ ਹੁਣ ਕਿਹੜੀ ਗੱਲ ਦੀ ਚਿੰਤਾ ਹੈਗੀ ਹੈ ਕਿੱਥੇ ਗਈ ਚਿੰਤਾ ਕਿੱਥੇ ਚਲੇ ਗਈ ਚਿੰਤਾ ਬੋਲੋ ਯੀਸ਼ੂ ਦੇ ਨਾਲ ਹਾਲੇਲੂਇਆ।